ਨਹੀਂ ਛੋਟੇ ਵੀ ਹੁੰਦੇ ਰੱਸੀ ਲਮਕਾਈ ਕੀ ਗੱਲ ਮਾਲ ਨਾ ਵੇਖੇ ਤੇ ਖੁਦਕੁਸ਼ੀ ਕਰ ਲੈਣਾ ਭਾਜੀ ਵਾਣ ਆ ਮੰਜੀਆਂ ਦਾ ਅੱਛਾ ਵਾਣ ਵੀ ਆ ਆਹ ਵਿੱਚ ਓਏ ਨਾ ਵੈਪਰ ਲੋ ਫੂਲ ਝਾੜੂ ਲਾ ਬਾਂਸੀ ਝਾੜੂ ਲਾ ਘਰ ਦੀ ਸਫਾਈ ਵਾਸਤੇ ਹਰ ਕਿਸਮ ਦੇ ਝਾੜੂ ਲਾ ਹਰ ਕਿਸਮ ਦੇ ਇਹ ਦੋ ਜਣੇ ਆ ਚਾਰ ਭਾਈ ਉਹਨੂੰ ਆ ਲੋ 100 ਰੁਪਏ ਦਾ ਤੇਜ਼ਾਬ ਪਾਉਣਾ ਵਿੱਚ ਤੇਜ਼ਾਬ ਨਹੀਂ ਹੁੰਦਾ ਵਾ ਹੋਰ ਤੂੰ ਕੋਈ ਸ਼ਰਬਤ ਬਣਾ ਲੈ ਚਲ ਯਾਰ ਓ ਯਾਰ ਖਲੋ ਜਾ ਯਾਰ ਆ ਦੇਖ ਯਾਰ ਤੂੰ ਕੀ ਬਦਤਮੀਜ਼ੀ ਤੇ ਅੱਜ ਫੇਰ ਅਸੀਂ ਜਾ ਰਹੇ ਹਾਂ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਵੀਡੀਓ ਬਣਾਉਣ ਵਾਸਤੇ ਤੇ ਗੋਗਾ ਜੀ ਅੱਜ ਕੀ ਗੋਡੇ ਤੁਸੀਂ ਵਿਖਾ ਰਹੇ ਹੋ ਉਹ ਮੈਂ ਹੱਥ ਰੱਖ ਲੈਣਾ ਵਾ ਨਾਜ਼ਰੀਨ ਅੱਜ ਸਾਡੇ ਕੋਲ ਚਿੰਤਨ ਪਿਓਰ ਦਾ ਨਹੀਂ ਤੂੰ ਹੱਥ ਨਾ ਵੀ ਰੱਖੇ ਹੱਥ ਵੀ ਗੋਡੇ ਵਰਗਾ ਹੀ ਆ ਖਲੋ ਜਾ ਯਾਰ ਇਹ ਕੀ ਆ ਚਿੰਤਨ ਪਿਓਰ ਦਾ ਚਿੰਤਨ ਪਿਓਰ ਦਾ ਜੀ ਅੱਜ ਸਾਡੇ ਕੋਲ ਆ ਜੀ ਸੇਬ ਦਾ ਸਿਰਕਾ ਸਿਰਕਾ ਤੁਸੀਂ ਦੇਖ ਸਕਦੇ ਹੋ ਬਹੁਤ ਸਿਰਕਾ ਤੁਹਾਨੂੰ ਪਤਾ ਵੀ ਕਾਫੀ ਚੀਜ਼ਾਂ ਦੇ ਵਿੱਚ ਇਸਤੇਮਾਲ ਹੁੰਦਾ ਵਾ ਇਹ ਸਿਰਕਾ ਤੁਹਾਨੂੰ ਪਤਾ ਇਹਦੇ ਵਿੱਚ ਵੈਸੇ ਵੀ ਮਤਲਬ ਪਿਆਜ਼ ਵਗੈਰਾ ਵੀ ਉਹ ਸਲਾਦ ਵਗੈਰਾ ਵੀ ਭਿਉਂ ਛੱਡਦੇ ਆ ਨਾ ਲੋਕੀ ਆਹੋ ਇੰਜ ਦੇ ਕੰਮ ਹੀ ਆਂਦਾ ਵਾ ਹੋਰ ਗੋਡੇ ਤੇ ਕਾਦ ਲਈ ਲਾ ਰਿਹਾ ਉਹ ਮੈਂ ਜਰਾ ਲਕੋ ਰਿਹਾ ਗੋਡਾ ਵੀ ਨਾਲ ਸਿਰਕਾ ਲੋਕਾਂ ਨੇ ਖਾਣ ਪੀਣ ਵਾਲੀ ਚੀਜ਼ ਆ ਨਾ ਗੋਡੇ ਤੇ ਰੱਖ ਚਲੋ ਜੇ ਗੋਡੇ ਤੇ ਰੱਖਣੀ ਤੇ ਫਿਰ ਇੱਥੇ ਰੱਖ ਲਾ ਚੱਲ ਯਾਰ ਮਸ਼ਹੂਰੀ ਲੋਈ ਚਿਲਤਨ ਪਿਓਰ ਬਿਲਕੁਲ ਹਰਬਲ ਚੀਜ਼ਾਂ ਦਾ ਹਰ ਚੀਜ਼ ਦਾ ਉਹ ਬਣਾਉਂਦੇ ਰਹੇ ਜੋ ਵੀ ਫਾਰਮੈਟ ਆ ਉਹਨਾਂ ਦਾ ਹੁਣ ਤੇ ਮਾਸ਼ਾਅੱਲਾ ਚਿਲਤਨ ਪਿਓਰ ਦਾ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਵਾ ਸਾਨੂੰ ਬਾਹਰ ਲੋਕ ਵੀ ਤੇ ਤੁਸੀਂ ਆਨਲਾਈਨ ਵੀ ਚੀਜ਼ ਮੰਗਾ ਸਕਦੇ ਆਪਣੇ ਘਰ ਬੈਠੇ ਆਨਲਾਈਨ ਵੀ ਘਰ ਬੈ ਕੇ ਤੁਸੀਂ ਮੰਗਾ ਸਕਦੇ ਹੋ ਤੇ ਤੁਸੀਂ ਘਰ ਬੈ ਕੇ ਕੀ ਕਰ ਰਹੇ ਹੋ ਆਓ ਵੀਡੀਓ ਬਣਾਉਣ ਚਲੀਏ ਅੱਖ ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਏ ਲਬੇਲਾ ਟੀਵੀ ਸਾਫ਼ ਕਰਨ ਵਾਲੀ ਵੈਪਰ ਲਓ ਫੂਲ ਝਾੜੂ ਲਓ ਬਾਂਸੀ ਝਾੜੂ ਲਓ ਘਰ ਦੀ ਸਫਾਈ ਵਾਸਤੇ ਹਰ ਕਿਸਮ ਦੇ ਝਾੜੂ ਲਓ ਹਰ ਕਿਸਮ ਦੀ ਵੈਪਰ ਲਓ ਕਿਚਨ ਵਾਲੀ ਵੈਪਰ ਲਓ ਲੱਕੜੀ ਵਾਲੀ ਵੈਪਰ ਲਓ ਸ਼ੀਸ਼ੇ ਸਾਫ਼ ਕਰਨ ਵਾਲੀ ਵੈਪਰ ਲਓ ਫੂਲ ਝਾੜੂ ਲਓ ਬਾਂਸੀ ਝਾੜੂ ਲਓ ਘਰ ਦੀ ਸਫਾਈ ਵਾਸਤੇ ਹਰ ਕਿਸਮ ਦੇ ਝਾੜੂ ਲਓ ਫੂਲ ਝਾੜੂ ਲਓ ਬਾਂਸੀ ਝਾੜੂ ਲਓ ਘਰ ਦੀ ਸਫਾਈ ਵਾਸਤੇ ਹਰ ਕਿਸਮ ਦੇ ਝਾੜੂ ਲਓ ਹਾਂਜੀ ਕੋਈ ਸਮਾਨ ਵਿਖਾਓ ਸਮਾਨ ਇੱਥੋਂ ਨਹੀਂ ਦਿਸ ਰਿਹਾ ਤੁਹਾਨੂੰ ਵਾਣ ਪਸੰਦ ਕਰਨਾ ਵਾਣ ਆ ਦੇਖ ਲਓ ਇੱਧਰ ਵੀ ਪਿਆ ਵਾਣ ਆ ਕਿਹੜਾ ਰੱਸੀ ਵਾਲਾ ਲੈਣਾ ਵਾ ਕਿ ਦੂਸਰਾ ਪੱਟੀ ਵਾਲਾ ਬਰੀਕ ਵਾਲਾ ਨਹੀਂ ਨਹੀਂ ਬਰੀਕ ਵਾਲਾ ਨਹੀਂ ਸਾਡੇ ਕੋਲ ਆਇਆ ਹੀ ਆ ਦੋਵੇਂ ਇੱਕੋ ਹੀ ਲੱਗਦੇ ਨੇ ਹਾਂਜੀ ਇੱਕੋ ਹੀ ਹੈ ਭਾਜੀ ਇੱਕੋ ਹੀ ਹੈ ਦੋਵੇਂ ਚਲੋ ਠੀਕ ਹੈ ਫਿਰ ਇਹ ਕਰ ਦਿਓ ਦੋ ਮੰਜੀਆਂ ਦਾ ਕਿੰਨੇ ਦਾ ਦੋ ਮੰਜੀਆਂ ਦਾ ਭਾਜੀ 1800 ਰੁਪਈਆ ਲੱਗ 1800 ਰੁਪਈਆ ਘੱਟ ਕਰ ਲੈ ਹਾਂਜੀ ਕੁਛ ਘੱਟ ਕਰ ਲੈ ਮਹਿੰਗਾਈ ਇੰਨੀ ਹੈ ਤੁਹਾਨੂੰ ਪਤਾ ਭਾਈ 1600 ਰੁਪਈਆ ਦੇ ਦਿਓ ਓਹੋ ਮਹਿੰਗਾਈ ਸਾਰੀ ਵਾਣ ਤੇ ਨਹੀਂ ਨਾ ਪੈ ਗਈ ਹਾਂਜੀ ਰੁਪਈਆ 1200 ਲੈ ਲੈਣਾ ਹਾਂਜੀ ਰੁਪਈਆ 1200 ਦੇ ਦੇਵਾਂਗੇ ਚਲੋ 1400 ਰੁਪਈਆ ਲੱਗ ਜਾਏਗਾ ਲੈ ਲਓ ਚਲੋ ਠੀਕ ਹੈ ਦੋ ਮੰਜੀਆਂ ਦਾ ਕਰ ਦਿਓ ਚਲੋ ਕਰ ਦਿੰਦੇ ਮੈਂ ਲਾ ਦਿੰਦਾ ਅੱਜ ਕਿੰਨੀ ਤਰੀਕ ਜੇ ਹਾਂਜੀ ਅੱਜ ਕਿੰਨੀ ਤਰੀਕ ਜੇ ਕਮੇਟੀ ਨਿਕਲਣੀ ਤੁਹਾਡੀ ਨਹੀਂ ਉਹ ਮੇਰੀ ਤਨਖਾਹ 2 ਤਰੀਕ ਨੂੰ ਆਉਣੀ ਹੈ ਅਤੇ ਪਹਿਲੀ ਨੂੰ ਆਉਣੀ ਹੈ ਹਾਂਜੀ ਅਤੇ ਤੁਸੀਂ 2 ਨੂੰ ਆਣ ਕੇ ਮੈਂ ਕੋਈ ਪੈਸੇ ਲੈ ਜਾਣਾ ਅੱਛਾ ਤੁਹਾਨੂੰ ਪਹਿਲੀ ਨੂੰ ਤੁਹਾਡੀ ਤਨਖਾਹ ਆਉਣੀ ਅਤੇ ਮੈਂ 2 ਨੂੰ ਆ ਕੇ ਲੈ ਜਾਣਾ ਪੈਸੇ ਲੈ ਜਾਣਾ ਚਲੋ ਅਤੇ ਅੱਜ ਕਿੰਨੀ ਤਰੀਕ ਆ ਅੱਜ 13 ਮੈਂ ਅਤੇ 2 ਤਰੀਕ ਨੂੰ ਆ ਕੇ ਵਾਣ ਲੈ ਲਿਓ ਨਹੀਂ ਯਾਰ ਪਰੇ ਹੋ ਜਾਓ ਇਹ ਵੈਪਰ ਵਹਾ ਕੋਈ ਅੱਛਾ ਜਿਹਾ ਹਾਂਜੀ ਵੈਪਰ ਦੇਖ ਲਓ ਭਾਈ ਆ ਵੈਪਰ ਇਹ ਮਜ਼ਬੂਤ ਹੈ ਲੜਾਈ ਹੈ ਤੁਹਾਡੀ ਕੀ ਮਤਲਬ ਹੈ ਮੈਂ ਸਫਾਈ ਕਰਨੀ ਆ ਮਜ਼ਬੂਤ ਵਾਲਾ ਕਿਹੜਾ ਕੀ ਭਾਈ ਪਿਛਲੀ ਦਫ਼ਾ ਇੱਕ ਬੰਦੇ ਕੋਲ ਆ ਸੀ ਥੱਲੋਂ ਇਹ ਸਾਰੀ ਰਬੜ ਘਸ ਗਈ ਸੀ ਹਾਂਜੀ ਸਾਰੀ ਰਬੜ ਘਸ ਗਈ ਸੀ ਥੱਲੇ ਅਤੇ ਇਸਤੇਮਾਲ ਕਰਨਾ ਘਸਦੀ ਆ ਇਹਨੂੰ ਕਿਹੜਾ ਸ਼ੋਕੇਸ 'ਚ ਰੱਖੀਦਾ ਇਹ ਅੱਛੀ ਨਸਲ ਦਾ ਨਾ ਅੱਛੀ ਨਸਲ ਕੁੱਤਾ ਲੈਣ ਡਿਆ ਮੇਰੇ ਕੋਲ ਭਾਈ ਯਾਰ ਮੈਂ ਵੈਪਰ ਖਰੀਦਣਾ ਤੁਸੀਂ ਇਹਦਾ ਮੈਨੂੰ ਰੇਟ ਦੱਸੋ ਕਿੰਨਾ ਜੇ ਭਾਜੀ 300 ਰੁਪਈਆ ਕਾਹਦਾ ਵੈਪਰ ਹੀ ਪੁੱਛਿਆ ਵਾ ਤੁਸੀਂ 300 ਰੁਪਏ ਦਾ ਹਾਂਜੀ ਭਾਈ 300 ਰੁਪਏ ਦਾ ਇੰਨਾ ਡਬਲ ਵੈਪਰ ਵਾਲਾ ਆਉਂਦਾ ਚਲੋ ਉੱਥੋਂ ਲੈ ਲਿਓ ਜਿੱਥੇ ਲਾਉਣਾ ਕੀ ਰਿਆਇਤ ਯਾਰ ਹਾਂਜੀ ਇਹਦਾ ਲਾਉਣਾ ਕੀ 300 'ਚੋਂ ਕਾਹਦੀ ਰਿਆਇਤ ਕਰਦਾ ਤੁਹਾਨੂੰ ਬਸ ਰੁਪਈਆ 75 ਰੁਪਈਏ ਦਾ
ਹਾਂ ਜੀ 75 ਰੁਪਏ ਜ਼ਿਆਦਾ ਵਾ ਬੱਚਿਆਂ ਲਈ ਕੁਛ ਬਣਾ ਲਾ ਛੱਡ ਦੇ ਚੱਲ 100 ਲਾ ਲਾ ਯਾਰ ਗੁੱਸਾ ਤਾਂ ਨਹੀਂ 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 ਭਾਈ ਇੰਨਾ ਨਹੀਂ ਵਾਰੇ 'ਚ ਨਹੀਂ ਹੈਗਾ ਸਾਡੇ ਕੋਲ 125 ਵਾਰੇ 'ਚ ਹੈ ਜੀ 125 ਤਾਂ ਨਹੀਂ ਨਹੀਂ ਭਾਈ ਵਾਰੇ 'ਚ ਨਹੀਂ ਤਾਂ ਬੰਦ ਕਰ ਲੈ ਸ਼ੀਸ਼ੇ ਸਾਫ਼ ਕਰਨ ਵਾਲੇ ਬੰਦ ਕਰ ਕਿੰਨੇ ਪੈਸੇ ਤਾਂ 250 ਰੁਪਇਆ ਲੱਗਾ ਅੱਲਾ ਭਲਾ ਕਰੇ ਜਾ ਵੇਚ ਜਿੱਥੇ ਵੇਖ ਉਹ ਅੱਲਾ ਭਲਾ ਕਰੇ ਮੰਗਣ ਵਾਲਾ ਮੈਂ ਜਿੱਥੇ ਵੇਖਦਾ ਵੇਚ ਜਾ ਕੇ ਮੈਨੂੰ ਨਹੀਂ ਵਾਰੇ 'ਚ ਹੈਗਾ ਚਲੋ ਨਹੀਂ क्या दसो बेटा की लेना वा हाँ जी हाँ देख लो अनाउंसमेंट तुसी कर रहे हो हाँ जी बस जो रेडी तो फिर तुम पता आवाज बूज का सिस्टम रहा नहीं गा फिर ये क्या हुआ एक मिनट छोटा है इसके बच्चे अपने हैं जी जी अपने ये है छोटा हाँ जी छोटा वेपर इन वड लियो इतों नहीं छोटे भी होंगे रस्सी लमकाई की गल माल ना विके तो खुदकुशी कर लेना भाजी वाण आ मंजिया का अच्छा वाण भी है हाँ जी हाँ आ बेच करो ना करो अंकल बच्चे यार पढ़ते नहीं स्कूल नहीं जाते स्कूलों ही आए होने है केड़ी कंपनी का जी हाँ जी रैम्बो रैम्बो कंपनी माई नेम इज रैम्बो रैम्बो जान रैम्बो हाँ जी हाँ ये रैम्बो का वैपर हाँ जी रैम्बो तो बड़ा हिट होया यार वैपर से हाँ जी हाँ किन्ने का 300 रुपये यार अगों मैं कुछ सही नहीं लग रहा है जरा बलेट यदा अगों खंजर ला दा तेन ये अगे सही क्यों नहीं लगता वैपर हों रबड़ हों बेटा एवं हो खराब ना करी जा पिछों तू रबड़ सारी लाई जान दिया और कुछ झाड़ू हैगा तेरे को हाँ जी झाड़ू भी है दो हाँ आ एक ले लिए है ना ठीक है अच्छा एक ना फरिश्ते मारने वाला दे दे हाँ जी ते एक लाख च मारन वाला दे दे मुंडे काम ते नहीं जाते इसलिए मैं कहना उन्होंने वैसे हदायत दवो तरबीयत अच्छी करनी सी हुण वैपर लभदा फिरदा नहीं वह छोटा वैपर हैगा जिहड़ा वो गड्डियां वाले नहीं मारदे पंप दे उत्ते छोटा नहीं भाजी छोटे नहीं हैगे वो चाइना दे हुंदे आ चाइना दा माल असीं लैंदे नहीं ये ताइवान दा हाँ जी ये ताइवान दा नहीं नहीं इत्थे पाकिस्तानी है सारा पाकिस्तानी है सारा तू तो चुप कर जा मरीज जाले लाने वाला नहीं ये हूँ तुम फिट ही नहीं करना होना जो तू दे के चला गया तो बाद मैं तो जलील हो गया ना नहीं नहीं अभी जलील हो गया हाँ किन्नी देर होगी ये वैपर भेज दिया तुम हाँ जी किन्नी देर होगी वैपर भेज दिया भाई हो गया 10 साल हो गए तो यह किन्ने का जाले लाने वाला हाँ जी किन्ने का 200 रुपये का भाई 200 रुपया लवो हाँ जी तो आओ जाले जुले लाओ हाँ जी जाले जुले ला दो 200 ਦੇ ਨਾਲ ਮੇਰਾ ਵੀ ਭਾਅ ਲਾਤਾ ਵਿੱਚੇ ਵੇਚਣੇ ਤਾਂ ਆਪ ਨਹੀਂ ਤੇ ਜਾਲੇ ਤੂੰ ਹੀ ਲਾਉਣੇ ਆ ਯਾਰ ਤੂੰ ਕਿਹਾ ਸੀ ਵੀ ਜਾਲੇ ਲਾਉਣ ਵਾਲਾ ਹੈ ਨਹੀਂ ਜਾਲੇ ਲਾਉਣ ਵਾਲਾ ਕਿਹਾ ਮੈਂ ਇਹ ਤਾਂ ਨਹੀਂ ਕਿਹਾ ਵੀ ਮੈਂ ਜਾਲੇ ਲਾਉਣੇ ਆ ਤੁਸੀਂ ਆਪ ਕੋਈ ਲਾਓ ਜਾਲੇ ਨਹੀਂ ਨਹੀਂ ਤੁਸੀਂ ਲਾ ਕੇ ਦਿਓ ਕਿ 200 ਰੁਪਇਆ ਕਾਹਦਾ ਦੇਣਾ ਤੁਹਾਨੂੰ ਫਿਰ ਹੈ ਜੀ ਹਾਂ ਜੀ 200 ਰੁਪਇਆ ਦੇਣਾ ਮੈਨੂੰ ਇੱਥੇ ਬਾਹਰ ਬੈਠਕ ਪਾ ਦੇ ਰੱਖ ਲੈ ਇੱਥੇ ਘਰ ਦੇ ਕੰਮ ਕੁੰਮ ਕਰਿਆ ਕਰਾਂ
ਨਹੀਂ ਤੂੰ 200 ਮੰਗਿਆ ਮੈਂ ਵਿੱਚੋਂ ਕੋਈ ਡਿਸਕਾਊਂਟ ਤੇ ਨਹੀਂ ਨਾ ਕਰਾਇਆ ਹਾਂਜੀ 200 ਹੀ ਮੈਂ ਤੈਨੂੰ ਦੇ ਰਿਹਾ ਕਿ 200 ਪੂਰਾ ਉਹ ਕਿਹੜਾ ਕੀਚੜਾ ਸਪੂਨ ਕਰ ਇਹ ਕੀ ਹੈ ਭਾਈ ਝਾੜੂ ਆ ਭਾਜੀ ਕਿਤੇ ਇੰਗਲੈਂਡ ਚੋਂ ਆਏ ਆ ਤੁਹਾਨੂੰ ਨਹੀਂ ਪਤਾ ਕੀ ਹੈ ਇਹ ਗਲੀ 'ਚ ਵੀ ਦੇ ਲਈਦਾ ਨਹੀਂ ਨਹੀਂ ਇਹ ਡਰਾਇੰਗ ਰੂਮ ਵਾਲਾ ਹੀ ਆ ਉਹ ਭਾਈ ਜੀ ਕਿਆ ਗਲੀ ਮੈਂ ਫੇਰੋ ਕਿਉਂ ਮੈਂ ਕੋ ਫੇਰੂ ਤੂੰ ਫੇਰੋ ਤੁਹਾਰਾ ਘਰ ਹੈ ਬੇਚ ਰਹੇ ਤਾਂ ਆਪ ਤੇ ਵੇਚ ਰਹੇ ਤੇ ਮੈਂ ਸਫਾਈ ਵਾਲਾ ਟਰਾਈ ਟਰਾਈ ਤੇ ਕਰ ਇਹਦੀ ਯਾਰ ਸਾਨੂੰ ਟਰਾਈ ਤੇ ਕਰਾ ਕੇ ਦੇ ਇਹਦੀ ਉਹ ਭਾਈ ਟਰਾਈ ਤੁਸੀਂ ਆਪ ਕਰਨੀ ਆ ਮੈਂ ਕਾਹਦੀ ਟਰਾਈ ਕਰਨੀ ਹੈ ਇਹ ਕਿਹੜਾ ਤੂੰ ਗਾਰਮੈਂਟਸ ਤੇ ਸ਼ੈ ਲੈਣ ਡਿਆ ਵੀ ਤੈਨੂੰ ਟਰਾਈ ਰੂਮ 'ਚ ਭੇਜਦਾ ਨਹੀਂ ਇਹ ਹੈਂ ਬਲੈਕ ਹੀ ਹੈ ਕੀ ਹੈ ਬੱਚੇ ਹੈਲੋ ਇਹ ਬਲੈਕ ਕੋਈ ਬਾਤ ਨਹੀਂ ਇਹੀ ਠੀਕ ਹੈ ਆਓ ਹਾਂ ਇੱਧਰੋਂ ਸ਼ੁਰੂ ਹੋਵੋ ਜ਼ਰਾ ਹਾਂਜੀ ਉਹ ਉੱਥੋਂ ਸ਼ੁਰੂ ਤਾਂ ਹੋਵੋ ਯਾਰ ਮੇਲਾ ਤੁਹਾਡਾ ਮੈਂ ਝਾੜੂ ਮਾਰਾਂ ਪਹਿਲਾਂ ਇੱਥੇ ਓਏ ਆਪ ਉਹ ਚਲੋ ਵੇਚ ਰਹੇ ਤੋਂ ਆਪ ਖੁਦ ਕਰੋ ਆਪਣੇ ਘਰ ਦਾ ਕੰਮ ਮੈਂ ਨਹੀਂ ਕਰਨਾ ਲੈ ਹਾਂਜੀ ਆਪਣੇ ਬੱਚਿਆਂ ਨੂੰ ਫੜਾਓ ਕਰਾਓ ਉਹਨਾਂ ਕੋਲੋਂ ਕੰਮ ਹੈ ਕਿੰਨੇ ਦਾ ਝਾੜੂ 150 ਦਾ ਕਿੰਨੇ ਤੀਲੇ ਇਹਦੇ 'ਚ ਹੈ ਕਿੰਨੇ ਤੀਲੇ ਆ ਪਹਿਲਾਂ ਮੈਂ ਬਹਿ ਕੇ ਗਿਣ ਨਾ ਲਵਾਂ ਕਿੰਨੇ ਤੀਲੇ ਨਹੀਂ ਤਾਂ ਹੁੰਦਾ ਹੀ ਆ ਵੀ ਆ 100 ਤੀਲੇ ਵਾਲਾ 150 ਤੀਲੇ ਵਾਲਾ ਵਾ ਇਹ ਭਾਈ ਇਹਨਾਂ ਦਾ ਵਜ਼ਨ ਹੁੰਦਾ ਵਾ ਅੱਧਾ ਕਿਲੋ ਦਾ ਇਹ ਕਿੰਨੇ ਦਾ ਵਾ 150 ਦਾ ਆਪਕੇ ਮੂੰਹ ਅਸਰ 150 ਦਾ ਨਾ ਬੇਟਾ ਨਾ ਬੁਰੀ ਬਾਤ ਹੈ ਉਹ ਅੰਕਲ ਹੈ ਤਮੀਜ਼ ਤੇ ਸਿੱਖ ਲਓ ਬੱਚੇ ਵੈਸੇ ਉਸਕਾ ਮੂੰਹ ਐਸਾ ਹੈ ਵੈਸੇ ਅੰਕਲ ਹੈ ਅੱਛਾ ਇਹਦੇ 'ਚੋਂ ਨਾ ਇਹ ਅਗਰ ਅੱਧੇ ਕੱਢ ਦਈਏ ਯਾਰ ਵਿੱਚੋਂ ਕਿਉਂ ਕੱਢਦਾ ਵਾਂ ਝਾੜੂ ਪੂਰਾ ਛੱਡ ਦੇ ਨਹੀਂ ਮੈਨੂੰ ਨਹੀਂ ਇੰਨਾ ਚਾਹੀਦਾ ਮੈਨੂੰ ਥੋੜ੍ਹਾ ਚਾਹੀਦਾ ਅੱਧਾ ਝਾੜੂ ਚਾਹੀਦਾ ਅੱਧਾ ਝਾੜੂ ਕਿਤੇ ਮੰਨਤ ਮੰਨੀ ਤੁਸੀਂ ਚੜਾਉਣਾ ਕਿਤੇ ਇਹ ਕੀ ਹੈ ਭਾਈ ਇਹ ਸਾਰਾ ਝਾੜੂ ਹੁੰਦਾ ਵਾ ਅੱਧਾ ਝਾੜੂ ਅਸੀਂ ਮੁੜ ਕੇ ਕਿੱਥੇ ਹਾਫ ਕਿੱਥੇ ਵੇਚਣਾ ਤੇਰਾ ਵੇਖੀ ਜਾਣਾ ਤੂੰ ਸਾਰਾ ਦਿਨ ਵੇਚਦਾ ਹੀ ਹੈ ਉਹ ਯਾਰ ਇਹ ਕਿਹੜਾ ਕੋਈ ਟਿੰਡੇ ਆਲੂ ਆ ਵੀ ਕਿਲੋ ਲੈ ਲਏ ਤੇ ਅੱਧਾ ਕਿਲੋ ਫੇਰ ਵਿਕ ਜਾਣਗੇ ਝਾੜੂ ਆ ਨਹੀਂ ਤਾਂ ਤੂੰ ਘਰ ਹੀ ਬੰਨਣਾ ਵਾ ਤਾਂ ਤੂੰ ਦੁਬਾਰਾ ਬੰਨ ਲਾ ਉਹਨੂੰ ਕਹੀ ਘੱਟ ਤੀਲਿਆਂ ਵਾਲਾ ਝਾੜੂ ਦੇ ਇੱਕ ਦੇ ਦੇਈ ਨਹੀਂ ਘੱਟ ਤੀਲਿਆਂ ਵਾਲਾ ਨਹੀਂ ਹੁੰਦਾ ਇਹੀ ਹੁੰਦਾ ਹੈ ਲੈ ਯਾਰ ਸਾਰਾ ਹਾਲਾਤ ਆ ਭਾ ਲੈ ਹਾਲਾਤ ਤੇ ਆਣਾ ਪਿਆਣਾ ਬੰਦਾ ਤੋਂ ਜਿਹੜਾ ਇੱਥੇ ਹੀ ਖੁੱਲਣ ਦਿਆ ਤੇ ਇਹਨੇ ਕੀ ਵੱਜਣਾ ਫਰਸ਼ ਤੇ ਮੈਨੂੰ ਦੱਸ ਦੇ ਆਰਜ਼ੀ ਜੇ ਅਸੀਂ ਬੰਨੇ ਹੁੰਦੇ ਆ ਹੁਣ ਫੇਰ ਬੰਨ ਲਾ ਬੰਨ ਲੈਂਦੇ ਹਾਂ ਚਲੋ ਕੋਈ ਗੱਲ ਨਹੀਂ ਹੈ ਵੇ ਆ ਕੀ ਆ ਆਹ ਜਿਹੜਾ ਭਾਈ ਇਹ ਵੀ ਵੈਪਰ ਆ ਉਹ ਇਹ ਕਿੱਥੇ ਫੇਰੀਦਾ ਆ ਕੱਢੋਗੇ ਤੁਸੀਂ ਕੱਢ ਦੋ ਬੜਾ ਸਟਾਈਲਿਸ਼ ਵੈਪਰ ਵਾਹ ਵਾਹ ਕਲਰ ਉਸਕੀ ਪਫ ਬਣਾਇਆ ਉਹਨੇ ਕਲਰ ਅੱਛਾ ਵੈਸੇ ਇਹ ਕਿੰਨੇ ਦਾ ਵੀਰੇ ਭਾਈ 300 ਦਾ ਹੈ 300 ਇਹ ਜਿਹੜਾ ਉਹ ਇਹਦੀ ਗੱਲ ਦੱਸਦਾ ਕੌਮੇ 'ਚ ਆ ਤੂੰ ਪਹਿਲੀ ਗੱਲ ਨਹੀਂ ਸੁਣਦੀ ਤੈਨੂੰ ਯਾਰ ਤੂੰ ਵਧਾਈ ਜਾਣਦੇ ਹਾਂ ਯਕੀਨ ਕਰ ਹਰ ਚੀਜ਼ ਤੂੰ ਮਹਿੰਗੀ ਦੱਸ ਰਿਹਾ ਇਹ ਲੜੀਆਂ ਅੱਛੀਆਂ ਹਨਾ ਚਾਂਦ ਤੇਰੇ ਸਿਰੇ ਨੂੰ ਸਜਾਇਆ ਲੱਗ ਪਿਆ ਯਾਰ ਹੈਲੋ ਕੋਈ ਅਕਲਕਾਰੀ ਯਾਰ ਕੀ ਆ ਅਕਲਕਾਰ ਭਾ ਸਿਆਣਾ ਬਿਆਣਾ ਬੰਦਾ ਵਾ ਉੱਤੇ ਬੱਚੇ ਵੀ ਬਾਤ ਮੈਂ ਫੇਰ ਕੇ ਤੇ ਵੇਖਾਂ ਭਲ ਯਾਰ ਆ ਕੀ ਸਾਫ਼ ਕਿਤੇ ਕਿਤੇ ਫੇਰੀਦਾ ਕਿੱਥੇ ਆ ਜਦੋਂ ਪਿਓ ਇੰਜ ਕਰਨ ਡਿਆ ਵਾ ਤੇ ਨਿਆਣਿਆਂ ਨੇ ਕੀ ਹਦਾਇਤ ਲੈਣੀ ਤੇਰੇ ਕੋਲ ਸਕੂਲ ਜਾਂਦੇ ਹੋ ਇਹ ਕਿੰਨੀਆਂ ਲੜੀਆਂ ਲੱਗੀਆਂ ਇਹਦੇ 'ਚ ਦੋ ਤਿੰਨ ਬੱਤੀਆਂ ਵਾਲਾ ਚੁੱਲ੍ਹਾ ਵੀ ਹੁੰਦਾ ਸੀ ਨਾ ਪਹਿਲੇ ਹੈ ਨਾ ਆਹੋ ਹੁੰਦਾ ਉਹਦੇ 'ਚ ਵੀ ਇੰਜ ਦੀਆਂ ਹੀ ਬੱਤੀਆਂ ਹੁੰਦੀਆਂ ਸੀ ਇਹ ਤਾਂ ਹੁੰਦਾ ਭਾਈ ਜ਼ਰਾ ਇਹ ਭਾਜੀ ਭੇਂ ਕੇ ਨਾ ਭੇਂ ਕੇ ਆ ਪਾਣੀ ਦੇ ਵਿੱਚ ਭੇਂ ਕੇ ਨਾ ਸਰਫ ਸੁਰਫ ਦੇ ਵਿੱਚ ਤੇ ਉਹ ਫਿਰ ਬੰਦਾ ਇੰਜ ਮਾਰ ਲੈਂਦਾ ਇੱਧਰ ਆ ਇੱਧਰ ਆ ਮੈਂ ਤੈਨੂੰ ਹਾਂਜੀ ਇੱਥੇ ਮਾਰ ਜ਼ਰਾ ਜਾ ਪਾਣੀ ਲਿਆ ਜ਼ਰਾ ਭਿਉਂ ਕੇ ਮਾਰ ਹਾਂ ਭਾਈ ਇਹ ਤੁਸੀਂ ਤੁਹਾਨੂੰ ਮੈਂ ਦੱਸਿਆ ਵਾ ਇਹ ਪ੍ਰੈਕਟੀਕਲ ਤੁਸੀਂ ਕਰਨਾ ਵਾ ਇਹ ਆਪ ਕਰਨਾ ਵਾ ਮੈਂ ਆਪਣੀ ਓਏ ਆਪ ਜਾਓ ਤੁਮ ਅੰਦਰ ਤੁਮ ਕਿਉਂ ਲੜ ਰਹੀ ਹੋ ਇਹ ਦੇਖ ਨਾ ਭਿਉਂ ਕੇ ਤੇ ਇਹ ਇੱਥੇ ਮਾਰਨਾ ਨਾ ਇੰਜ ਇੰਜ ਇੱਥੇ ਮਾਰ ਆਹੋ ਤੇ ਦੇ ਪਾਣੀ ਲਿਆ ਕੇ ਦੇ ਫਜਰ ਪਾਣੀ ਲੈ ਕੇ ਆ ਗਏ ਪਿਆਸ ਲੱਗੀ ਮੈਨੂੰ ਤੁਸੀਂ ਆਪ ਮਾਰੋ ਆ ਫੜੋ ਨਹੀਂ ਇਹਨੂੰ ਭਿਉਂ ਤੇ ਸਹੀ ਉਹ ਲੜੀਆਂ ਸਹੀ ਨੇ ਉਹਨਾਂ ਮੈਂ ਭਿਉਂ ਉਹ ਸ਼ਲਿੰਗ ਹੋ ਜਾਣ ਉਹ ਯਾਰ ਇਹ ਕਿਹੜਾ ਤੈਨੂੰ ਕਾਟਨ 'ਚ ਦੇਣ ਲੱਗਾ ਵਾ ਵੀ ਕਾਟਨ ਸ਼ਲਿੰਗ ਹੋ ਜੂਗੀ ਜਾਂ ਲੀਲਣ ਦਾ ਵਾ ਤਾਂ ਚੜ ਜੂਗਾ ਉਹ ਨਾ 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 ਇਹ ਨਹੀਂ ਬਾਲਟੀ ਮੈਂ ਬਾਲਟੀ 'ਚ ਪਾਉਣਾ ਨਾ ਉਹ ਯਾਰ ਤੁਸੀਂ ਪਾਉਣਾ ਭਾ ਜਿੰਨੇ ਵੀ ਪਾਉਣਾ ਵਾ ਮੈਂ ਨਹੀਂ ਪਾਉਣਾ ਬਾਲਟੀ 'ਚ
ਤੁਸੀਂ ਪਾ ਕੇ ਫੇਰੋ ਲੈ ਆਓ ਰੇ ਲੈਣਾ ਤੇ ਦਵੋ ਪੈਸੇ ਦਵੋ ਮੈਂ ਅੱਗੇ ਜਾਵਾਂ ਨਹੀਂ ਇਹ ਥੋੜ੍ਹਾ ਜਿਹਾ ਮਾਰ ਕੇ ਤੇ ਵਹਾ ਸਾਨੂੰ ਇੱਥੇ दो जने दो तीन बंदे अच्छा तू कहना तीन चार किस्म दे झाड़ू लाओ झाड़ू तो एक किस्म दा ही है उन्हें ओ मंजी नालो किया वा तुहानू झाड़ू सुनिया ਉਹ ਠਹਿਰੋ ਅੱਛਾ ਇਹ ਕੀ ਹੈ ਇਹ ਵਾਹਣ ਹਾਂਜੀ ਇਹ ਵਾਹਣ ਆ ਜੀ ਮੰਜੀ ਇਹ ਡਬਲ ਬੈੱਡ ਦਾ ਵਾਹਣ ਹੈਗਾ ਹਾਂਜੀ ਡਬਲ ਬੈੱਡ ਦਾ ਇੱਕ ਡਾਇਮੰਡ ਵਾਲਿਆਂ ਦਾ ਵਾਹਣ ਲਈ ਫਿਰਦਾ ਅੰਕਲ ਰੁਕੇ ਜਰਾ ਫੇਰੋ ਯਾਰ ਇਹ ਵੇਖ ਕੀ ਕਰ ਰਹੀ ਹੈ ਨਹੀਂ ਉਹ ਕਹਿੰਦੇ ਮੈਂ ਫੇਰਨਾ ਵਾ ਆਪ ਫੇਰਨਾ ਤੁਸੀਂ ਸਮਝਦੇ ਨਾ ਨੌਕਰ ਨਹੀਂ ਤੁਹਾਡਾ ਮੈਂ ਨਹੀਂ ਇਹ ਡਬਲ ਬੈੱਡ ਦਾ ਵਾਹਣ ਕਿੰਨੇ ਦਾ ਉਹ ਯਾਰ ਡਬਲ ਬੈੱਡ ਦਾ ਕਿਹੜਾ ਵਾਹਣ ਹੁੰਦਾ ਮੰਜੀ ਹੁੰਦੀ ਆ ਮੰਜੀਆਂ ਦਾ ਕਿਹੜਾ ਦੌਰ ਰਹਿ ਗਿਆ ਹੁਣ ਡਬਲ ਬੈੱਡ ਤੇ ਵਾਣ ਕਿਹੜਾ ਬੇਵਕੂਫ ਲੈਂਦਾ ਈ ਡਬਲ ਬੈੱਡ ਤੇ ਮੈਟਰੈਸ ਲਵੋ ਕੋਈ ਗੱਦਾ ਗੁੱਦਾ ਵਿਛਾਓ ਉਹਦੇ ਤੇ ਡਬਲ ਬੈੱਡ ਦਾ ਕਿਹੜਾ ਵਾਣ ਹੁੰਦਾ ਉਹਨੂੰ ਪੈਂਦਾ ਕਿੱਦਾਂ ਪਾਉਣੀ ਆਈ ਆਪ ਲਾ ਲੋਗੇ ਤੇ ਉਹ ਨਹੀਂ ਨਹੀਂ ਪੈਂਦੀ ਉਹ ਭਾਈ ਨਹੀਂ ਹੁੰਦਾ ਉਹ ਤੇ ਮੈਟਰੈਸ ਹੁੰਦਾ ਵਾ ਇਹਦਾ ਤੇ ਮੰਜੀਆਂ ਦਾ ਵਾਣ ਆ ਮੰਜੀ ਇੱਕ ਮੰਜੀ ਨੂੰ ਕਿੰਨਾ ਵਾਣ ਲੱਗਦਾ ਹਾਂਜੀ ਇੱਕ ਮੰਜੀ ਨੂੰ ਕਿੰਨਾ ਵਾਣ ਲੱਗਦਾ 2.5 ਕਿਲੋ ਚਲੋ ਇੱਕ ਇਹ ਦੇ ਦਿਓ ਉਹ ਵੈਪਰ ਕਿੱਥੇ ਜੇ ਅੰਦਰ ਇਹ ਕਹਿ ਆ ਪੈਸੇ ਦਿੱਤੇ ਨਹੀਂ ਪਹਿਲੇ ਸ਼ੈਵਾਂ ਸਾਂਭ ਲਓ ਅੰਦਰ ਬਾਅਦ ਮੈਂ ਪੈਸੇ ਦੇ ਸਾਲ ਬਾਅਦ ਦੇਣੇ ਆ ਅੰਦਰ ਕਿਉਂ ਲੈ ਕੇ ਗਈ ਚਲੋ ਫਜ਼ਲ ਤੁਕ ਇੱਕ ਹੋਰ ਸੀ ਯਾਰ ਆ ਛੋਟਾ ਆਹ ਜਿਹੜਾ ਆਹ ਇਹ ਇਹ ਕੀ ਹੈ ਓਏ ਬੰਦ ਕਰੋ ਇਹ ਹੈ ਕੀ ਚੀਜ਼ ਆ ਜੀ ਭਾਜੀ ਇਹ ਵਾਸ਼ਰੂਮਾਂ ਤੋਂ ਪਾ ਕੇ ਨਾ ਫਰਨਾਲ ਜਿਹੀ ਤੇ ਕਮੋਡ ਵਗੈਰਾ ਤੇ ਉਹ ਸਾਰਾ ਇਹ ਫਰੈਸ਼ ਮਾਰੀ ਫਰੈਸ਼ ਮਾਰੀ ਦਾ ਵਾ ਹਾਂਜੀ ਚਲ ਆਓ ਜ਼ਰਾ ਮੇਰੇ ਨਾਲ ਹੈਲੋ ਕੀ ਆ ਓ ਆਇਓ ਓ ਆਇਆ ਕੁਛ ਨਹੀਂ ਹੁੰਦਾ ਅਕਲ ਕਰੋ ਅਕਲ ਅਕਲ ਯਾਰ ਕਰੀ ਓਏ ਉਹ ਵਾਸ਼ਰੂਮ ਆ ਸਾਹਮਣੇ ਵਾਸ਼ਰੂਮ ਉਹ ਸਾਹਮਣੇ ਵਾਸ਼ਰੂਮ ਆ ਤੇ ਮੈਂ ਹੁਣ ਵੀ ਨੇੜੇ ਪੈਂਦਾ ਤੇ ਮੈਂ ਸਫਾਈ ਕਰਾਂ ਨਹੀਂ ਮੈਨੂੰ ਦੱਸ ਤਾਂ ਸਹੀ ਕਿੱਦਾਂ ਮਾਰੀ ਦਾ ਫਿਰ ਉਹ ਦੱਸ ਤੈਨੂੰ ਮੈਂ ਦੱਸਤਾ ਜ਼ਬਾਨੀ ਕਿ ਤੈਨੂੰ ਮੈਂ ਹੁਣ ਮੈਂ ਅੰਦਰ ਜਾ ਕੇ ਦੱਸਣਾ ਜ਼ਬਾਨੀ ਨਹੀਂ ਮੈਨੂੰ ਪ੍ਰੈਕਟੀਕਲ ਕਰਕੇ ਯਾਰ ਅਕਲ ਕਰ ਕਿਸੇ ਮਜ਼ਦੂਰ ਬੰਦੇ ਨਾਲ ਇੰਜ ਦਾ ਮਜ਼ਾਕ ਨਹੀਂ ਕਰੀਦਾ ਇਹ ਕਿੰਨੇ ਇਹ ਕਿੰਨੇ ਦਾ 100 ਰੁਪਏ ਦਾ ਤੇਜ਼ਾਬ ਪਾਉਣਾ ਵਿੱਚ ਤੇਜ਼ਾਬ ਨਹੀਂ ਹੁੰਦਾ ਵਾ ਹੋਰ ਤੂੰ ਕੋਈ ਸ਼ਰਬਤ ਪਾਉਣਾ ਚਲ ਆ ਯਾਰ ਓ ਯਾਰ ਖਲੋ ਜਾ ਯਾਰ ਆ ਦੇਖ ਯਾਰ ਤੂੰ ਕੀ ਬਦਤਮੀਜ਼ੀ ਡਿਆ ਵਾ ਓਏ ਕੁੜੀ ਜਾ ਬੇਟਾ ਨਾ ਅੰਕਲ ਹੈ ਆ ਦੇ ਕੀ ਹੋਇਆ ਯਾ ਯਾਰ ਹੁੰਦਾ ਵਾ ਇਹ ਪਹਿਲੇ ਦਾ ਪਾਟਾ ਵਾ ਆਦਮੀ ਆ ਅਸੀਂ ਪਹਿਲੇ ਦਾ ਪਾਟਾ ਵਾ ਤੇ ਪਾਣੀ ਕਿੰਨਾ ਕੁਥੋਂ ਡੋਲਣਾ ਯਾਰ ਤੈਨੂੰ ਮੈਂ ਯੂਟਿਊਬ ਤੇ ਲਿੰਕ ਨਾ ਭੇਜਾਂ ਪਹਿਲਾਂ ਵਾਸ਼ਰੂਮ ਦਾ ਤੇ ਕਿੱਦਾਂ ਤੂੰ ਸਫਾਈ ਕਰਨੀ ਨਹੀਂ ਤੇਜ਼ਾਬ ਅੱਛੀ ਕੁਆਲਿਟੀ ਦਾ ਪਾ ਕੇ ਪਾਣੀ ਕਿੰਨਾ ਮਤਲਬ ਡੋਲਣਾ ਵਿੱਚ ਉਹ ਯਾਰ ਤੂੰ ਕਿਹੜਾ ਮੇਰੇ ਕੋਲ ਖੁਰਾਕ ਬਣਵਾਉਣੀ ਆ ਤੇਜ਼ਾਬ ਦੀ ਵੀ ਤੈਨੂੰ ਦੱਸਾਂ ਵੀ ਇੰਨੇ ਕੁ ਨਾ ਤੈਨੂੰ ਆਰਾਮ ਆ ਜਾਊਗਾ ਤੇਜ਼ਾਬ ਪਾ ਕੇ ਪਹਿਲਾਂ ਤੇਜ਼ਾਬ ਮਾਰ ਲੈਣਾ ਤੇਜ਼ਾਬ ਤੋਂ ਬਾਅਦ ਫਿਰ ਇਹਨੂੰ ਫੇਰ ਦੇਣਾ ਵਾ ਤੇ ਇਹਨੇ ਸਫਾਈ ਤੇ ਪਾਣੀ 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 ਅੱਧਾ ਕੁ ਕਿਲੋ ਪਾਣੀ ਵਿੱਚ ਮਾੜਾ ਜਿਹਾ ਮਿਕਸ ਕਰ ਆਇਆ ਯਾਰ ਓ ਯਾਰ ਛੱਡ ਭਾਈ ਹੈਲੋ ਓਏ ਆ ਤੇ ਸਹੀ ਉਹ ਅਕਲ ਕਰ ਯਾਰ ਅਕਲ ਕਰ ਸਮਝਦਾ ਨਾ ਚੱਲ ਓ ਯਾਰ ਇੱਕ ਵਾਰੀ ਕਰਕੇ ਵਹਾ ਦੇ ਫਿਰ ਮੈਂ ਕਰ ਲਾਂਗਾ ਆਪੇ ਨਹੀਂ ਭਾਈ ਇਦਾਂ ਨੇ ਤੁਸੀਂ ਆਪ ਕਰੋ ਉੱਥੇ ਇਹ ਲੈਣਾ ਇਹ ਸ਼ੀਸ਼ੇ ਮਾਰ ਕੇ ਇੰਜ ਥੱਲੇ ਨੂੰ ਯਾਰ ਪਾਣੀ ਪਾ ਕੇ ਥੱਲੇ ਨੂੰ ਕਰ ਲਾ ਜਾਂ ਇੱਦਾਂ ਇੱਦਾਂ ਕਰ ਲਾ ਇਹ ਕਿਹੜੀ ਡਾਇਰੈਕਸ਼ਨ ਆ ਕੋਈ ਨਹੀਂ ਬੇਟਾ ਇਹ ਇਹ ਕਿੰਨੇ ਦਾ 200 ਰੁਪਏ ਦਾ 200-300-150 ਬਸ ਇੰਨੀ ਹੀ ਹੈ ਸਾਰੀਆਂ ਚੀਜ਼ਾਂ ਯਾਰ ਤੁਸੀਂ 500 ਦੇ ਦਿਓ ਤੁਹਾਡੇ ਕੋਲ ਬਹੁਤੇ ਆਏ ਆ ਤੇ ਥੱਲੇ ਥੱਲੇ ਵਾਲੀ ਚੀਜ਼ਾਂ ਥੱਲੇ ਥੱਲੇ ਵਾਲੀ ਜਿਹੜੀ ਸ਼ੈ ਵਿਖਾਵਾ 50-60 ਰੁਪਏ ਦਾ ਹੁੰਦਾ ਵਾ ਸ਼ਾਲਮੀ ਤੋਂ ਕਿੱਥੋਂ ਸ਼ਾਲਮੀ ਤੋਂ ਯਾਰ ਤੁਸੀਂ ਕਿਹੜੇ ਅਮੀਰ ਹੋ ਤੁਹਾਨੂੰ ਸ਼ਾਲਮੀ ਦਾ ਵੀ ਪਤਾ ਅਗਲੇ ਪੈਸੇ ਇੰਜ ਕਰਕੇ ਦਿੰਦੇ ਤੇ ਕੋਠੀਆਂ ਵਾਲੇ ਅੰਦਰ ਚਲ ਜਾਂਦੇ ਲੈ ਕੋਠੀਆਂ ਵਾਲੇ ਅੰਦਰ ਚਲੇ ਜਾਂਦੇ ਆ ਹਾਂ ਇਹ ਜਿਹੜਾ ਨਾ
ਭਾ ਕਰਕੇ ਚੀਜ਼ ਲੈਣੀ ਚਾਹੀਦੀ ਆ ਚਲੋ ਲਵੋ ਭਾ ਕਰਕੇ 200 ਦੱਸਿਆ ਵਾ ਇਹ ਕਿਲੋ ਕਿਤਨੇ ਦਾ ਹੈ ਜੀ ਇਹ ਕਿਲੋ ਕਿਨੇ ਦਾ ਯਾਰ ਤੂੰ ਕੁਝ ਉਥੋਂ ਕਿਲੋਆਂ ਦੇ ਹਿਸਾਬ ਨਾਲ ਆਉਂਦੇ ਮੈਨੂੰ ਪਤਾ ਹੈ ਕਿ ਦਰਜਨ ਦੇ ਹਿਸਾਬ ਨਾਲ ਭਾਈ ਦਰਜਨਾਂ ਦੇ ਹਿਸਾਬ ਨਾਲ ਆਉਂਦੇ ਆ ਕਿਲੋਆਂ ਦੇ ਹਿਸਾਬ ਨਾਲ ਨਹੀਂ ਆਉਂਦੇ ਇਹ ਇੱਕ ਦਿਓ ਆ ਜਿਹੜਾ ਲੋਹੇ ਦਾ ਹਾਂ ਜੀ ਆ ਲੋਹੇ ਦਾ ਇਹ ਕੀ ਹੈ ਇਹ ਸਕੂਪਰ ਆ ਭਾਈ ਆ ਛੋਟੀ ਫੜ ਆ ਫੜ ਲਾ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਹੈ ਜੀ ਇਹਦੇ ਨਾਲ ਕੀ ਹੁੰਦਾ ਇਹਦੇ ਨਾਲ ਜਾਦੂ ਟੂਣਾ ਨਹੀਂ ਹੁੰਦਾ ਉਹ ਸਫਾਈ ਕਰੀਦੀ ਆ ਇਹਦੇ ਨਾਲ ਕੀ ਆਖੇ ਹੁੰਦਾ ਨਹੀਂ ਇਹਦੇ 'ਚ ਕੀ ਆਪਣਾ ਵਾ ਓਵਨ 'ਚ ਰੱਖਣਾ ਇੰਝ ਕਰਕੇ ਓਵਨ 'ਚ ਨਹੀਂ ਉਹ ਖੁਦਾ ਦਾ ਨਾਂ ਉਹ ਕਿਹੜਾ ਅਮੀਰ ਆ ਤੂੰ ਵੈਪਰ ਕਿਹੜਾ ਸਕੂਪਰ ਓਵਨ 'ਚ ਰੱਖਦਾ ਵਾ ਨਹੀਂ ਇਹਦੇ 'ਚ ਕੋਈ ਚੀਜ਼ ਪਾ ਕੇ ਸਾਲਣ ਸੁਲਣ ਅਤੇ ਓਵਨ 'ਚ ਰੱਖ ਦਿਓ ਅਤੇ ਇੰਝ ਕਰ ਖੌਫ ਕਰ ਇਹ ਵੈਪਰ ਆ ਜਿਹੜਾ ਜਿਹੜਾ ਦੂਸਰੇ ਫੈਬਰ ਦੇ ਟੁੱਟ ਜਾਂਦੇ ਇਹ ਟੁੱਟਦਾ ਨਹੀਂ ਗਾ ਨਹੀਂ ਇਹ ਜੋ ਖੁਦਕਸ਼ੀ ਮੈਂ ਕਿਉਂ ਕਰਾਂ ਉਹ ਵੀ ਹੈ ਉਹ ਮਿੱਟੀ ਜਿਹਦੇ ਨਾਲ ਪਾਈ ਦੀ ਆ ਉਹ ਕਿੱਥੇ ਆ ਛੋਟਾ ਨਹੀਂ ਇਹ ਹੀ ਆ ਭਾਈ ਸਾਡੇ ਕੋਲ ਬਸ ਨਹੀਂ ਉਹ ਬੁਰਸ਼ ਹੁੰਦਾ ਇੱਕ ਨਹੀਂ ਉਹ ਛੋਟੇ ਬੁਰਸ਼ ਖਤਮ ਹੋਏ ਤੇ ਮੈਂ ਮਿੱਟੀ ਹੱਥ ਨਾ ਪਾਉਣੀ ਵਿੱਚ ਆਹ ਵੇਖਾ ਅੰਨਾ ਤੂੰ ਆਹ ਵੇ ਆਹ ਯਾਰ ਉਹ ਦੂਸਰੇ ਬੁਰਸ਼ ਵਾ ਇਹ ਇਹਦੇ ਨਾਲ ਹੀ ਹੋ ਜਾਂਦੇ ਜਿਹੜਾ ਤੁਹਾਨੂੰ ਅੱਗੇ ਦਿਖਾਇਆ ਵਾ ਇਹਦੇ ਨਾਲ ਹੀ ਇਹ ਠੀਕ ਆ ਇਹ ਜਿਹੜਾ ਇਹ ਦੇ ਹਾਂਜੀ ਇਹ ਇਹ ਕਿੰਨੇ ਦਾ ਭਾਈ ਇਹ 250 ਦਾ ਭਾਈ ਸਾਰੀਆਂ ਚੀਜ਼ਾਂ ਲੈ ਕੇ ਨਾ ਬਾਅਦ 'ਚ ਮੈਂ ਤੇਰੇ ਨਾਲ ਟੋਟਲ ਕਰਨਾ ਕਿੰਨੇ ਪੈਸੇ ਬਣਦੇ ਇਹ ਕੀ ਗੱਲ ਹਾਰ ਪਾਏ ਗਲ 'ਚ ਪਾਉਂਦਾ ਹੁੰਦਾ ਹੈਲੋ ਸੈਟਿੰਗ ਤੂੰ ਵੈਸੇ ਬਹੁਤ ਅੱਛੀ ਕੀਤੀ ਮੋਟਰਸਾਈਕਲ 'ਤੇ ਪੂਰੀ ਸ਼ੋਪ ਬਣਾਈ ਆ ਨਾ ਬਸ ਭਾਈ ਕਿੰਨਾ ਕੁ ਪੈਟਰੋਲ ਲੱਗ ਜਾਂਦਾ ਘਰੋਂ ਇੱਥੋਂ ਤੱਕ ਚੀਜ਼ਾਂ ਜਲਦੀ ਵੇਖ ਜਾਣ ਅਤੇ ਲੀਟਰ ਡੇਢ ਲੀਟਰ 'ਚ ਘਰ ਚੱਲ ਜਾਈਦਾ ਵਾਪਸ ਮਹੱਲਿਆਂ 'ਚ ਫਿਰਨਾ ਹੁੰਦਾ ਮਹੱਲਿਆਂ 'ਚ ਫਿਰਨਾ ਹੋਰ ਤੂੰ ਪਾਰਕ 'ਚ ਫਿਰਨਾ ਮਹੱਲਿਆਂ 'ਚ ਵੇਖਦਾ ਇਹ ਸੌਦਾ 3 ਛਾਵਾਂ ਹੋ ਗਈਆਂ ਭਾਈ ਤੁਹਾਡੀਆਂ ਨਹੀਂ ਜ਼ਿਆਦਾ ਹੋ ਗਈਆਂ ਅੰਨਾ ਚਾਰ ਅਤੇ ਇਹਨੂੰ ਕੀ ਕਰਨਾ ਭਾਈ ਹਾਂਜੀ ਕਿੰਨੀਆਂ ਹੋ ਗਈਆਂ ਹੈਲੋ 6 ਹੋ ਗਈਆਂ ਭਾਜੀ ਆ ਤੇ ਇਹ ਇਸ ਤਰ੍ਹਾਂ ਹੀ ਵਿੱਚ ਮਿੱਟੀ ਪਾਉਣੀ ਉਹ ਯਾਰ ਆਹ ਦੇਖ ਨਾ ਆਹੋ ਆਹ ਇੰਝ ਉਹ ਯਾਰ ਮੈਨੂੰ ਵੀ ਤੂੰ ਆਰੇ ਲਾ ਤਾ ਤੂੰ ਪਾਗਲ ਆਦਮੀ ਹੈ ਤੂੰ ਆਪ ਕਰ ਜਿਹੜਾ ਕਰਨਾ ਅੱਛਾ ਕਰ ਰਹੇ ਥੇ ਆਪ ਅੱਛਾ ਕਰ ਰਹੇ ਥੇ ਸਾਨੂੰ ਪਤਾ ਹੀ ਲੱਗ ਕਰੋ ਤੇ ਸਹੀ ਚਲੋ ਉਹ ਚੁੱਕ ਦੋ ਪਾਣੀ ਮੋਟੀ ਯਾਰ ਮਿੱਟੀ ਦੇ ਵਿੱਚ ਆਈ ਨਹੀਂ ਇਹਦੇ ਉਹ ਜਦੋਂ ਹੈ ਹੀ ਨਹੀਂ ਮੈਂ ਮਿੱਟੀ ਕਿੱਥੋਂ ਹੁਣ ਦੂਸਰਾ ਦੋ ਨਵਾਂ ਗੰਦਾ ਕਰ ਦਿੱਤਾ ਗੰਦਾ ਕਰਕੇ ਰੱਖ ਦਈਏ ਜਦੋਂ 300 ਕਿੰਨੇ ਪੈਸੇ ਹੋ ਗਏ 600 600 800 100 900 100 150 200 11 ਤੇ 150 1250 ਨਹੀਂ ਕੋਈ ਰਸੀਦ ਨਹੀਂ ਦੇਗਾ ਪੱਕੀ ਇਹਦੀ ਤੋਲੇ ਦਾ ਸੈੱਟ ਬਣਾਇਆ ਸੋਨੇ ਦਾ ਮੇਰੇ ਕੋਲ ਜ਼ੇਵਰ ਬਣਾ ਮੈਂ ਮਾਰਨਾ ਇੱਧਰੋਂ ਪਟਾਕੀ ਜਾਂਦੀ ਹਾਂ ਰਸੀਦ ਤਾਂ ਪੱਕੀ ਦਿਓ ਐਂ ਲਾ ਫੜ ਯਾਰ ਉਹ ਪੱਕੀ ਕਾਹਦੀ ਰਸੀਦ ਹਬੀਬ ਬੈਂਕ ਕੋਲੋਂ ਵੈਪਰ ਲੈਣ ਡਿਆ ਨਹੀਂ ਯਾਰ ਕੱਲ੍ਹ ਨੂੰ ਕੁਛ ਹੋ ਜਾਂਦਾ ਹੈ ਜੋ ਕੋਈ ਗਰੰਟੀ ਹੈ ਕੋਈ 2-4 ਸਾਲ ਗਰੰਟੀ ਭਾਅ ਜੀ ਇਹ ਕਿਹੜੀ ਆ ਗਰੰਟੀ ਵਾਲੀਆਂ ਚੀਜ਼ਾਂ ਵਾ ਮਹੀਨਾ ਮਹੀਨਾ ਡੇਢ ਕੱਢ ਜਾਂਦੀਆਂ ਸੌਖੇ ਆ ਲੋਕ ਫੇਰ ਲੈ ਲੈਂਦੇ ਤੁਸੀਂ ਤਾਂ ਬਹੁਤ ਹੀ ਗਰੰਟੀ 'ਚ ਪੈ ਗਏ ਤੁਸੀਂ ਕਿਹੜਾ ਜਪਾਨੀ ਗੱਡੀ ਲੈਣ ਡਏ ਹੋ ਵੀ ਯਾਰ ਇਹਦੀ ਗਰੰਟੀ ਚੱਲੀ ਤਾਂ ਕਿੰਨੀ ਆ ਇਹ ਨਹੀਂ ਥੋੜ੍ਹੀ ਬਹੁਤੀ ਵੀ ਨਹੀਂ ਮਹੀਨੇ 2 ਮਹੀਨੇ ਦੀ ਵੀ ਨਹੀਂ ਆ ਵੀ ਮਹੀਨਾ ਕੁ ਕੱਢ ਜਾਂਦੇ ਆ ਗਰੰਟੀ ਗਰੁੰਟੀ ਕੋਈ ਨਹੀਂ ਹੁੰਦੀ ਹੈ ਅਤੇ ਇਸੇ ਲਈ ਤਾਂ ਮੈਂ ਕਹਿੰਦਾ ਤਾਂ ਇਹਦੀ ਰਸੀਦ ਦੇ ਫਿਰ ਹਾਂਜੀ ਕੱਲ੍ਹ ਨੂੰ ਕੁਛ ਹੋ ਜਾਂਦਾ ਤੈਨੂੰ ਕਿੱਥੋਂ ਲੱਭਾਂਗਾ ਮੈਂ ਉਹ ਯਾਰ ਤੂੰ ਦੁਨੀਆ ਕੋ ਕਿਸੇ ਕੋ ਪੁੱਛ ਲੈ ਵੈਪਰ ਦੀ ਕਿਹੜੀ ਰਸੀਦ ਹੁੰਦੀ ਮੈਨੂੰ ਇਹ ਦੱਸ ਕਿਉਂ ਨਹੀਂ ਹੁੰਦੀ ਹਰ ਵਿਕਣ ਵਾਲੀ ਚੀਜ਼ ਦੀ ਰਸੀਦ ਗਰੰਟੀ ਹੁੰਦੀ ਹੈ ਉਹ ਭਾਈ ਦੁਕਾਨਦਾਰ ਦਿੰਦੇ ਆ ਜਿਨ੍ਹਾਂ ਨੇ ਇੱਕ ਜਗ੍ਹਾ ਬਹਿਣਾ ਵਾ ਅਸੀਂ ਗਲੀ ਗਲੀ ਫਿਰਨਾ ਹੁੰਦਾ ਸੀ ਤੈਨੂੰ ਕਾਹਦੀ ਰਸੀਦ ਦੇ ਦਈਏ ਅਤੇ ਫਿਰ ਫਰਾਡ ਹੀ ਕਰ ਰਹੇ ਹਾਂ ਨਾ ਉਹ ਫਰਾਡ ਕਾਹਦਾ ਕਰ ਲਿਆ ਤੇਰੇ ਕੋਲ 1,00,000 ਰੁਪਇਆ ਲੈ ਲਿਆ ਗਲੀ ਗਲੀ ਤੂੰ ਫਿਰਨਾ ਫਰਾਡ ਕਰ ਲਿਆ ਵੀ ਤੈਨੂੰ ਮੈਂ ਕਿਹਾ ਸੀ ਦੁਬਈ ਭੇਜਣਾ ਅਤੇ ਤੈਨੂੰ ਮੈਂ ਉੱਥੋਂ ਹੀ ਵਾਪਸ ਲੈ ਆਇਆ ਮੇਰੇ ਏਅਰਪੋਰਟ ਤੋਂ ਹੀ ਇਹ ਮਹਿੰਗੀਆਂ ਚੀਜ਼ਾਂ ਹੈਗੀਆਂ 1,250 ਜ਼ਿਆਦਾ ਵਾ ਹਾਂਜੀ 1,250 ਜ਼ਿਆਦਾ ਹੈ ਨਹੀਂ ਭਾਅ ਜੀ ਤੁਹਾਡੇ ਬਾਰੇ 'ਚ ਹੈਗਾ ਲੈ ਲਓ ਨਹੀਂ ਤਾਂ ਫਿਰ ਮੈਂ ਰੱਖ ਲੈਂਦਾ ਜਾ ਚਾਂਦ ਰੁਪਈਆ 600 ਅੰਦਰੋਂ ਲਿਆ ਹੈਲੋ ਉਹ ਚਾਂਦ ਹੈ ਆ ਜਾ ਐਡੀ ਨਾ ਮਿਹਰਬਾਨੀ ਕਰੀ ਮੇਰੇ ਉਹ ਠੀਕ ਆ ਯਾਰ ਕੋਈ ਨਹੀਂ 600 600 ਭਾਈ ਚੱਲ 600 ਤੇ ਨਾਲ ਚਾਹ ਦਾ ਕੱਪ ਲਿਆ ਦੇਖ ਯਾਰ ਇੱਕ ਦਮ ਹੀ ਤੂੰ ਤਾਂ ਦੁਕਾਨਦਾਰੀ ਇੰਨਾ ਸੌਦਾ ਇਕੱਠਾ ਤੇਰਾ ਵਿਕਿਆ ਹੀ ਨਹੀਂ ਕਦੀ 600 ਤੇ ਇੱਕ ਕੱਪ ਚਾਹ ਦਾ ਯਾਨੀ ਕਿ 600 'ਚ ਮੈਨੂੰ ਕੱਪ ਚਾਹ ਦਾ ਪੈ ਗਿਆ ਤੁਸੀਂ ਕਿੰਨੇ ਕਹਿੰਦੇ ਹੋ ਤੁਸੀਂ ਵੀ ਤਾਂ ਦੱਸੋ ਤੂੰ ਵੀ ਤਾਂ ਕੋਈ ਮੂੰਹੋਂ ਕੱਢ 1,100 ਰੁਪਈਆ ਲੱਗ ਜਾਊ ਭਾਈ
1100 कह रहा है 700 लेके आओ। रे आजा है नो यार केड़ा वा 1100 दा समान आ 700 रुपए दा रेट लान दिया यार बड़े आए ने और के तेरे लो ते बहुत आ मैं जाके कोई और कारोबार ना शुरू कर ला 700 च सवेरे सवेरे तेरा इतना समान वेग गया हुन तू भावे घर चला जा बड़ी गल आ भी इतना च मैं घर जड़ा इतना पिया वा ओ की करा मैं 1100 रुपया ओ यार रात ना डाकू कहदा डाकू बनया मेरे अगे चल ठीक है 750 ले आ दियो लाओ केड़ा 750 1100 रुपया दे देना ते तू आप दस 1100 एदा है इना हां जी है मैं आप ही दसन दिया वा मेरी लाश दसन दई पा पर यो पा चल फिर यार राह क्यों डाकदा वा तू डकेट रिया बचपन च नहीं जदों चीजा लेनियां यू आ हां ओ गड्डी च पै पैसे ओए 800 ले आ चल यार केड़ा आप ही रेट लाई जन्ना पा अपने कोलों ही 800 दे इना ते क्यों 800 थोड़ा हां थोड़ा ही आ 1100 रुपया दो ते ले लो चीजा ना 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 इधर ते आ ए मैं हुन इधर नहीं रखनी है कदी पानी पियो अब गर्मी है बच्ची पानी पिला रही है कोल्ड ड्रिंक ले आंदे कोठियां वाले सादा ले फिरदे गुरु मेहमान गुरदे खराब है मेरे पानी पियाई नहीं सादा कोल्ड ड्रिंक कद ले लेनी बड़ा मामा है मेरा बेच रिया वेपर ओ भाई सारे कोठियां वाले अगले जूस पे आंदे को तुसी सादा पानी घड़ी मुड़ी ले आओ ਪਾਣੀ ਜ਼ਬਰਦਸਤੀ ਆ ਪਿਆਈ ਜਾਂਦੀ ਠੰਡਾ ਆ ਪੀਲਾ ਥੋੜਾ ਬਹੁਤ ਉਹ ਮੈਂ ਪੀ ਲਾਂਗਾ ਭਾ ਮੇਰੇ ਹੱਥ ਖਰਾ ਹਜੇ ਨਹੀਂ ਨਹੀਂ ਥੋੜਾ ਜਿਹਾ ਪੀਲਾ ਉਹ ਯਾਰ ਪਰਾਂ ਕਰ ਤੂੰ ਕੀ ਹੋ ਗਿਆ ਮੈਂ ਪੀ ਲਾਂਗਾ ਆ ਵੇਲਾ ਹੱਥ ਲਾ ਗਿਆ ਠੰਡਾ ਹੈਗਾ ਪੀਲਾ ਥੋੜਾ ਜਿਹਾ ਨਹੀਂ ਮੈਂ ਫਿਰ ਦਵਾਈ ਖਵਾਉਣ ਲੱਗਾ ਮੈਨੂੰ ਥੋੜਾ ਜਿਹਾ ਤੇ ਪੀ ਨਾ ਉਹ ਯਾਰ ਮੈਂ ਹਸਪਤਾਲ ਦਾਖਲ ਹਾਂ ਮੈਨੂੰ ਬਦੋ ਬਦੀ ਪਿਆਈ ਜਾਂਦਾ ਤੇ ਕਿਉਂ ਨਹੀਂ ਪੀਂਦਾ ਤੇਰੇ ਅੰਦਰ ਨਹੀਂ ਲੰਘਦਾ ਮੈਂ ਪੀ ਲਾਂਗਾ ਮੈਂ ਪਾਣੀ ਭਾਈ ਜਦੋਂ ਮੇਰਾ ਦਿਲ ਕੀਤਾ ਤੁਸੀਂ ਰੱਖੋ ਜੇ ਆ ਪੈਸੇ ਲਿਆ ਯਾਰ ਇਹਦਾ 1100 ਲਿਆ ਚਾਂਦ ਕਿੰਨੇ ਆ ਪੂਰਾ 800 ਅਦੇ ਪੈਸੇ ਬੰਦੇ ਤੁਸੀਂ ਅਮੀਰ ਹੋ ਦਸਾਂ ਦਸਾਂ ਵਾਲੇ ਵਿੱਚ ਕੁਆਲੀ ਵੀ ਕਰਨਾ ਪਾਰਟ ਟਾਈਮ ਉਹ ਨਹੀਂ ਉਹ ਦਸਾਂ ਦਸਾਂ ਵਾਲੇ ਗੱਡੀ 'ਚ ਰੱਖੇ ਹੁੰਦੇ 100 ਇਸ਼ਾਰੇ ਦੇ ਤੈਨੂੰ ਪਤਾ ਕਿੰਨੇ ਸ਼ੀਸ਼ੇ ਖੜਕਾਉਂਦੇ ਆ ਜਾਂ ਸਾਡੇ ਵਰਗੇ ਆ ਜਾਂਦੇ ਆ ਤੇ ਚੱਲ ਪਾਣੀ ਤੇ ਪੀ ਨਹੀਂ ਯਾਰ ਮੈਂ ਨਹੀਂ ਪੀਣਾ ਉਹ ਥੋੜਾ ਜਿਹਾ ਤੇ ਪੀ ਯਾਰ ਕੋਈ ਆਖਣ ਕਰੀ ਯਾਰ ਬੱਬਾ ਕੋਈ ਹਿਆ ਹੁੰਦਾ ਵਾ ਯਾਰ ਤੁਹਾਨੂੰ ਤਮੀਜ਼ ਹੀ ਨਹੀਂ ਆਏ ਮਜ਼ਦੂਰ ਦੇ ਨਾਲ ਕਿੱਦਾਂ ਚਵਲਾਂ ਡੇ ਜੇ ਮਾਰਨ ਚੱਲ ਦੇ ਚਾਂਦ 1200 ਦੇ ਅਰੇ ਰੱਖੋ ਯਾਰ 1200 ਰੁਪਈਆ ਇੱਕੋ ਸੂਟ ਆ ਮੇਰੇ ਕੋਲ ਆਉਣ ਜਾਣ ਲਈ ਰੱਖਿਆ ਤੇ ਉਹ ਵੀ ਨਹੀਂ ਤੂੰ ਆਪ ਦੱਸ ਇਹ ਆਉਣ ਜਾਣ ਲਈ ਆ ਆਹੋ ਯਾਰ ਗਿੱਲਾ ਹੋ ਗਿਆ ਵਿਚਾਰਾ ਸਾਰਾ ਪਾਣੀ ਓਏ ਵੈਪਰ ਮਾਰ ਓਏ ਹੈਲੋ